ਇਹਨਾਂ ਦਾ ਖੋਤਾ ਮਸੀਤੀ ਜਾਵੜਿਆ ਮੌਲਵੀ ਸਾਹਿਬ ਨੇ ਬੁਲਾ ਕੇ ਬਿਸਤੀ ਕੀਤੀ ਉਹਨਾਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਖੋਤਾ ਮਸੀਤ ਚ ਆਵੜਿਆ ਤੇ ਇਹਦਾ ਅੱਬਾ ਲਾਂਤੀ ਕੀ ਕਹਿੰਦਾ ਕਹਿੰਦਾ ਜੀ ਉਹ ਜਾਨਵਰ ਹੈ ਕਦੀ ਸਾਨੂੰ ਵੇਖਿਆ ਜੇ ਬੇਟਾ ਜੀ ਤੁਹਾਡੀ ਕੋਈ ਹੋਰ ਸ਼ਰਤ ਕੀ ਦੱਸੋ ਬਸ ਜਨਾਬ ਮੈਂ ਕਿਹੜੀ ਸ਼ਰਤ ਦੱਸੀ ਮੇਰੀ ਤੇ ਇੱਕੋ ਸ਼ਰਤ ਹੈ ਜਨਾਬ ਕੀ ਬੇਟਾ ਕਿ ਬੱਚੀ ਜਿਹੜੀ ਉਹ 24 ਘੰਟਿਆਂ ਚੋਂ ਸਿਰਫ 2 ਘੰਟੇ ਸੋਏ ਨਹੀਂ ਉਹ ਕਿਉਂ ਮੇਰੇ ਤੇ ਕਰਜ਼ੇ ਬਹੁਤ ਨੇ ਜੀ ਬਸ ਮਾਸ਼ਾਅੱਲਾ ਤੇਰੀ ਇਹ ਕੀ ਭਾਰਾ ਚੋਂ ਇੱਥੇ ਆ ਕੇ ਮੌਜਾਂ ਲੱਗੀਆਂ ਨੇ ਉੱਥੇ ਉੱਥੇ ਪਿੰਡ ਦੇ ਵਿੱਚ ਮੱਝ ਗੋਇਆ ਕਰਦੀ ਸੀ ਤੇ ਛੁਰੀ ਲੈ ਕੇ ਕਹਿੰਦਾ ਸੀ ਹੈਪੀ ਬਰਥਡੇ ਜਾਨੂ ਮੈਂ ਤੁਹਾਨੂੰ ਕੀ ਦੱਸਾਂ ਮੇਰਾ ਵਕਤ ਕਿਸ ਤਰ੍ਹਾਂ ਗੁਜ਼ਰਿਆ ਜਾਨੂ ਤੁਸੀਂ ਮੈਨੂੰ ਨਹੀਂ ਪੁੱਛਣਾ ਮੇਰੇ ਦਿਨ ਕਿੱਥੇ ਗੁਜ਼ਰੇ ਨੇ ਤੇ ਰਾਤਾਂ ਕਿੱਥੇ ਗੁਜ਼ਰੀਆਂ ਨੇ ਕੋਈ ਵੀਡੀਓ ਬਣਿਆ ਦਿਵਾ ਦਿਓ ਕਿਸੇ ਬੰਦੇ ਨੇ ਇਹਦੇ ਕੋਲੋਂ ਪੁੱਛਿਆ ਬੀਵੀ ਔਰ ਤਵਾਇਫ ਵਿੱਚ ਕੀ ਫਰਕ ਹੈ ਕਹਿੰਦਾ ਬੀਵੀ ਪੈਸੇ ਨਹੀਂ ਲੈਂਦੀ ਬਾਬਾ ਜੀ ਕੁਛ ਪੜ ਰਹੇ ਹੋ ਕਿ ਆਪਣੇ ਕਿਸੇ ਆਰੇ ਲੱਗੇ ਹੋ ਕੱਲ ਹਕੀਮ ਨੂੰ ਜਾ ਕੇ ਕਹਿੰਦੀ ਹਕੀਮ ਸਾਹਿਬ ਮੇਰੇ ਘਰ ਔਲਾਦ ਨਹੀਂ ਹੁੰਦੀ ਹਕੀਮ ਇਹਨੂੰ ਕਹਿੰਦਾ ਤੇਰੇ ਬੰਦੇ ਚ ਨੁਕਸੇ ਕਹਿੰਦੀ ਇੰਜ ਫਿਰ ਪੂਰੇ ਮਹੱਲੇ ਚ ਨੁਕਸੇ ਕੁੜੀਏ ਤੂੰ ਚਾਹਨੀ ਕਿ ਤੇਰੇ ਕੋਲ ਬਹੁਤ ਸਾਰਾ ਪੈਸਾ ਹੋਵੇ ਪਾਪਾ ਜੀ ਮੈਂ ਚਾਹਨੀ ਆ ਪੈਸਾ ਐਵੇਂ ਨਹੀਂ ਇਕੱਠਾ ਹੁੰਦਾ ਪਹਿਲੇ ਬੰਦਾ ਇਕੱਠਾ ਹੁੰਦਾ ਫਿਰ ਪੈਸਾ ਇਕੱਠਾ ਹੁੰਦਾ ਲੈ ਉਹਨੂੰ ਕੀ ਦੱਸਣਾ ਹੈ